ਸਤਿ ਸ਼੍ਰੀ ਅਕਾਲ ਸਾਥਿਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸਾਥਿਓ ਜਿਵੇਂ ਕਿ ਤੁਸੀਂ ਸਾਰੇ ਸਾਥੀ ਜਾਣਦੇ ਹੋ ਕਿ ਪਿਛਲੇ ਦਿਨਾਂ ਤੋਂ ਇੱਕ ਨਿਊਜ਼ ਜਿਹੜੀ ਆਪਾਂ ਦੇਖ ਰਹੇ ਹਾਂ ਕਿ ਡਾਕਟਰ ਪੰਪੋਸ਼ ਉਸ ਲੜਕੀ ਦਾ ਨਾਮ ਸੀ ਐਮਬੀਬੀਐਸ ਕੀਤੀ ਹੋਈ ਸੀ ਸ਼ਾਇਦ ਕਰ ਰਹੀ ਸੀ ਮੈਨੂੰ ਪੂਰੀ ਜਾਣਕਾਰੀ ਨਹੀਂ ਔਰ ਉਸਨੇ ਸੁਸਾਈਡ ਕਰ ਲਈ ਔਰ ਇਹ ਮਾਮਲਾ ਜਿਹੜਾ ਇਹ ਖਬਰ ਹੈ ਜਿਹੜੀ ਬ੍ਰੇਕਿੰਗ ਨਿਊਜ਼ ਬਣੀ ਹੋਈ ਹੈ ਨਾ ਔਰ ਜਿਹੜੇ ਐਸਸੀ ਜਥੇਬੰਦੀਆਂ ਨੇ ਉਹ ਉਸ ਲੜਕੀ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰ ਰਹੀਆਂ ਨੇ ਔਰ ਜਿਹੜਾ ਸੂਤਰ ਨੇ ਉਹ ਜਿਹੜੀਆਂ ਖਬਰਾਂ ਅਸੀਂ ਦੇਖ ਰਹੇ ਹਾਂ ਉਹਨਾਂ ਦੇ ਅਨੁਸਾਰ ਉਸ ਕੁੜੀ ਨੂੰ ਜਾਤੀ ਤੌਰ ਤੇ ਟਾਰਗੇਟ ਕੀਤਾ ਗਿਆ ਜਿਸ ਕਰਕੇ ਉਹਨੇ ਸੁਸਾਈਡ ਕਰ ਲਈ ਸੋ ਮੈਂ ਵੀ ਆਪਣੇ ਵਿਚਾਰ ਇਸ ਘਟਨਾ ਤੇ ਰੱਖਣਾ ਚਾਹਣਾ ਹਨਾ ਕਿ ਮੈਂ ਇਸ ਘਟਨਾ ਬਾਰੇ ਕਿਵੇਂ ਸੋਚਦਾ ਸੋ ਪਹਿਲਾਂ ਤਾਂ ਸ਼ਾਇਦ ਮੇਰੀ ਇਹ ਗੱਲ ਬਹੁਤੇ ਲੋਕਾਂ ਨੂੰ ਜਿਹੜੀ ਕੌੜੀ ਲੱਗਣੀ ਹੈ ਮੇਰੀ ਗੱਲ ਇਹ ਉਹਨਾਂ ਨੇ ਪਚਣੀ ਨਹੀਂ ਹਾਜ਼ਮ ਨਹੀਂ ਹੋਣੀ ਇਹ ਗੱਲ ਜਿਹੜੇ ਲੋਕ ਬੱਚਿਆਂ ਨੂੰ ਐਮਬੀਬੀਐਸ ਕਰਾਉਂਦੇ ਆ ਜਾਂ ਆਈਪੀਐਸ ਦੀ ਤਿਆਰੀ ਕਰਵਾਉਂਦੇ ਆ ਹਨਾ ਤੇ ਉਹ ਲੋਕ ਜਿਹੜੇ ਉਹ ਕੋਟੇ ਦਾ ਫਾਇਦਾ ਲੈਂਦੇ ਆ ਠੀਕ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜੇ ਮੇਰੇ ਵਰਗੇ ਆ ਪਲੱਸ 2 ਕੀਤੀ ਆ ਜਾਂ ਕੋਈ ਛੋਟੇ ਮੋਟੇ ਡਿਪਲੋਮੇ ਕੀਤੇ ਆ ਉਹ ਕੋਟੇ ਦਾ ਫਾਇਦਾ ਨਹੀਂ ਲੈਂਦੇ ਕਿਉਂਕਿ ਪਲੱਸ 2 ਤੱਕ ਜਾਂ ਆਪਾਂ ਛੋਟੇ ਮੋਟੇ ਜਿਹੜੇ ਡਿਪਲੋਮਾ ਵਗੈਰਾ ਕਰਦੇ ਆ ਇਹਦੇ ਵਿੱਚ ਕੋਈ ਰਿਜ਼ਰਵੇਸ਼ਨ ਨਹੀਂ ਮਿਲਦੀ ਕੋਈ ਕੋਟਾ ਨਹੀਂ ਮਿਲਦਾ ਠੀਕ ਆ ਤਾਂ ਜਿਹੜੇ ਉਹ ਲੋਕ ਨੇ ਜਿਹੜੇ ਵੱਡੀਆਂ ਡਿਗਰੀਆਂ ਕਰਦੇ ਨੇ ਬੱਚਿਆਂ ਨੂੰ ਉਹਨਾਂ ਨੂੰ ਕੋਟਾ ਮਿਲਦਾ ਪਰ ਕਿਤੇ ਨਾ ਕਿਤੇ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਹੈ ਕਿ ਜਿਹੜੇ ਲੋਕ ਆਰਥਿਕ ਤੌਰ ਤੇ ਠੀਕ ਨੇ ਉਹੀ ਇਹ ਵੱਡੇ ਕੋਰਸ ਕਰਵਾ ਸਕਦੇ ਨੇ ਕੋਈ ਝਾੜੀਦਾਰ ਬੰਦਾ ਤਾਂ ਨਹੀਂ ਕਰਵਾ ਸਕਦਾ ਉਹ ਆਪਣੇ ਬੱਚਾ ਨੂੰ ਕਿਤੇ ਨਾ ਕਿਤੇ ਜਿਹੜੀ ਅੰਬੇਦਕਰ ਦੀ ਵਿਚਾਰਧਾਰਾ ਜਾਂ ਜਿਹੜੀ ਬੋਝਨ ਮੂਵਮੈਂਟ ਆ ਉਹ ਤੋਂ ਦੂਰ ਰੱਖਦੇ ਆ ਉਹਨਾਂ ਦਾ ਜਿਹੜਾ ਮਕਸਦ ਇੱਕ ਹੀ ਹੁੰਦਾ ਕਿ ਸਾਡੇ ਬੱਚੇ ਵੱਡੀ ਇੱਕ ਡਿਗਰੀ ਲੈ ਕੇ ਤੇ ਚੰਗੇ ਅਹੁਦੇ ਤੇ ਚਲੇ ਜਾਣ ਤੇ ਉਹਨਾਂ ਬੱਚਾ ਨੂੰ ਕਿਤੇ ਨਾ ਕਿਤੇ ਉਹ ਸਿੱਖਿਆ ਨਹੀਂ ਦਿੱਤੀ ਜਾਂਦੀ ਮੈਨੂੰ ਲੱਗਦਾ ਕਿ ਹੋਇਆ ਤਾਂ ਮਾੜਾ ਮੈਂ ਨਹੀਂ ਕਹਿੰਦਾ ਕਿ ਚੰਗਾ ਹੋਇਆ ਮਾੜਾ ਹੋਇਆ ਇੱਕ ਹੁਣ ਹਾਰ ਲੜਕੀ ਸਾਡੇ ਸਮਾਜ ਦੀ ਉਹਨੇ ਡਾਕਟਰ ਬਣ ਕੇ ਅੱਗੇ ਤਰੱਕੀ ਕਰਨੀ ਸੀ ਹਨਾ ਕਿਸੇ ਹੋਰ ਵੱਡੇ ਅਹੁਦੇ ਤੇ ਆਣਾ ਸੀਗਾ ਸਾਨੂੰ ਵੀ ਮਾਣ ਹੋਣਾ ਸੀਗਾ ਪਰ ਹੁਣ ਇਹ ਮਸਲਾ ਇਹ ਆ ਵੀ ਇਹ ਕੋਈ ਆਖਰੀ ਘਟਨਾ ਨਹੀਂ ਜੇ ਆਪਾਂ ਦੇਖੀਏ ਤਾਂ ਮੈਂ ਇਹ ਚਾਹਣਾ ਵੀ ਜਿਹੜੇ ਆਪਣੇ ਬੱਚੇ ਆ ਉਹਨਾਂ ਨੂੰ ਚਾਹੇ ਦੇਖੋ ਕਿਸੇ ਵੀ ਕਾਸਟ ਨਾਲ ਸੰਬੰਧ ਸੰਬੰਧਤਾ ਅਗਰ ਉਹ ਐਸਸੀਐਸਟੀ ਓਬੀਸੀ ਦੇ ਵਿੱਚ ਆਉਂਦੇ ਆ ਤਾਂ ਉਹਨਾਂ ਨੂੰ ਅੰਬੇਦਕਰਵਾਦੀ ਹੋਣਾ ਜ਼ਰੂਰੀ ਆ ਜਿਹੜਾ ਉਹਨਾਂ ਦੇ ਵਿਚਾਰ ਆ ਉਹ ਅੰਬੇਦਕਰਵਾਦੀ ਹੋਣੇ ਚਾਹੀਦੇ ਆ ਉਹਨਾਂ ਦੀ ਵਿਚਾਰਤਾ ਰੈਡੀਓ ਅੰਬੇਦਕਰਵਾਦ ਵਾਲੀ ਹੋਣੀ ਚਾਹੀਦੀ ਆ ਕਿਉਂਕਿ ਅਗਰ ਅਸੀਂ ਬੱਚਾ ਨੂੰ ਉਸ ਚੀਜ਼ ਲਈ ਪ੍ਰਿਪੇਅਰ ਨਹੀਂ ਕਰਾਂਗੇ ਅਸੀਂ ਉਹਨਾਂ ਬੱਚਾ ਨੂੰ ਉਹਨਾਂ ਚੀਜ਼ਾਂ ਬਾਰੇ ਦੱਸਾਂਗੇ ਨੇ ਕਿ ਬੱਚਿਓ ਤੁਹਾਡੇ ਨਾਲ ਅੱਗੇ ਜਾ ਕੇ ਵੀ ਹੋ ਸਕਦਾ ਤੇ ਤੁਹਾਨੂੰ ਮਜ਼ਬੂਤ ਹੋਣ ਦੀ ਲੋੜ ਆ ਤਾਂ ਸ਼ਾਇਦ ਅਜਈਆਂ ਘਟਨਾਵਾਂ ਨਾ ਹੋਣ ਮੈਂ ਚਾਹੁੰਨਾ ਕਿ ਅਗਰ ਉਸ ਮਸਲੇ ਦੇ ਵਿੱਚ ਕੋਈ ਦੋਸ਼ੀ ਆ ਕਿਸੇ ਨੇ ਅਜਿਹੀ ਹਰਕਤ ਕੀਤੀ ਆ ਉਸ ਲੜਕੀ ਨੂੰ ਜਾਤੀ ਤੌਰ ਤੇ ਪਰੇਸ਼ਾਨ ਕੀਤਾ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਮੈਨੂੰ ਪਤਾ ਹੁਣ ਕਈ ਲੋਕ ਇਹਨਾਂ ਚੀਜ਼ਾਂ ਨੂੰ ਗਲਤ ਲੈਣਗੇ ਮੇਰੀਆਂ ਗੱਲਾਂ ਨੂੰ ਗਲਤ ਸੋਚਣਗੇ ਉਹ ਪਰ ਸਾਥਿਓ ਇਹ ਗੱਲਾਂ ਗਲਤ ਨਹੀਂ ਗੀਆਂ ਸਾਨੂੰ ਆਪਣੇ ਬੱਚਾ ਨੂੰ ਸੋਸਾਇਟੀ ਦੇ ਵਿੱਚ ਜਦੋਂ ਵਿਚਰਦੇ ਆ ਤਾਂ ਉਹਨਾਂ ਨੂੰ ਇਹ ਗੱਲਾਂ ਦੱਸਣੀਆਂ ਚਾਹੀਦੀਆਂ ਕਿ ਕਿ ਬੱਚੇ ਤੁਹਾਡੇ ਨਾਲ ਇਹ ਵੀ ਹੋ ਸਕਦਾ ਤੁਹਾਡੇ ਨਾਲ ਜ਼ਿੰਦਗੀ ਦੇ ਕਿਸੇ ਮੋੜ ਤੇ ਜਾ ਕੇ ਜਾ ਕੇ ਜਾਤੀ ਵਿਤਕਰਾ ਹੋ ਸਕਦਾ ਮੇਰੇ ਨਾਲ ਵੀ ਹੋਇਆ ਮੈਂ ਅੱਗੇ ਵੀ ਕਈ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸਕੂਲ ਟਾਈਮ ਵੀ ਹੋਇਆ ਕਾਲਜ ਦੇ ਵਿੱਚ ਵੀ ਤੇ ਜਦੋਂ ਜਿਹੜੇ ਮੈਂ ਕੰਮ ਕਰਦਾ ਹਨਾ ਡਾਕਟਰ ਜਦੋਂ ਅਸੀਂ ਡਾਕਟਰਾਂ ਦੇ ਨਾਲ ਕੰਮ ਕਰਦੇ ਰਹੇ ਉੱਥੇ ਵੀ ਹੋਇਆ ਮਤਲਬ ਜਾਤੀ ਵੇਦਕਰ ਹੁੰਦਾ ਪਰ ਪਰ ਰੌਲਾ ਇਹ ਆ ਕੇ ਅਸੀਂ ਆਪਦੇ ਬੱਚਿਆਂ ਨੂੰ ਉਸ ਚੀਜ਼ ਲਈ ਪ੍ਰੇਪੇਅਰ ਹੀ ਨਹੀਂ ਕਰ ਪਾਉਂਦੇਗੇ ਅਸੀਂ ਸਾਡੇ ਬਹੁਤੇ ਘਰਾਂ ਦੇ ਵਿੱਚ ਬਾਬਾ ਸਾਹਿਬ ਦੀਆਂ ਫੋਟੋਆਂ ਨਹੀਂ ਲੱਗੀਆਂ ਹੋਈਆਂ ਕਿਉਂਕਿ ਜਦੋਂ ਕੋਈ ਬੱਚਾ ਬਾਬਾ ਸਾਹਿਬ ਨੂੰ ਪੜ੍ਹੂਗਾ ਬਾਬਾ ਸਾਹਿਬ ਬਾਰੇ ਜਾਣੂਗਾ ਤਾਂ ਉਹਨੂੰ ਪਤਾ ਲੱਗਣਾ ਕਿ ਡਾਕਟਰ ਭੀਮਰਾਓਂ ਵੇਦਕਰ ਜੀ ਨਾਲ ਤਾਂ ਬਹੁਤ ਕੁਝ ਹੁੰਦਾ ਰਿਹਾ ਤੇ ਉਹਨਾਂ ਦੇ ਜਿਹੜੇ ਵਿਚਾਰ ਆ ਉਹ ਮਜ਼ਬੂਤ ਹੋਣਗੇ ਉਹਨਾਂ ਦੇ ਵਿੱਚ ਕੌਨਫੀਡੈਂਸ ਆਊਗਾ ਤੇ ਉਹ ਇਸ ਤਰ੍ਹਾਂ ਦੇ ਕਦਮ ਨਹੀਂ ਚੱਕਣਗੇ ਸਾਨੂੰ ਧਰਨੇ ਲਾਉਣ ਦੀ بجائے ਠੀਕ ਆ ਆਪਾਂ ਨੂੰ ਉਸ ਲੜਕੀ ਨੂੰ ਇਨਸਾਫ ਦਿਵਾਉਣਾ ਚਾਹੀਦਾ ਪਰ ਆਪਾਂ ਨੂੰ ਕਾਰਨ ਤੇ ਕੰਮ ਕਰਨਾ ਚਾਹੀਦਾ ਜਿਵੇਂ ਕਿ ਮੈਂ ਜ਼ਿਆਦਾਤਰ ਤੁਹਾਨੂੰ ਪਤਾ ਕਿ ਆਯੁਰਵੈਦਿਕ ਦਵਾਈਆਂ ਦਿੰਦਾ ਤੁਸੀਂ ਮੇਰੀਆਂ ਐਡਸ ਵੀ ਪੜ੍ਹਦੇ ਹੋ ਮੇਰੇ ਚੈਨਲ ਤੇ ਤਾਂ ਜਿਹੜਾ ਆਯੁਰਵੈਦ ਹੁੰਦਾ ਨਾ ਉਹ ਬਿਮਾਰੀ ਦੇ ਕਾਰਨ ਤੇ ਕੰਮ ਕਰਦਾ ਫੋਰ ਐਗਜ਼ਾਮਪਲ ਕਿ ਅਗਰ ਤੁਹਾਨੂੰ ਬੁਖਾਰ ਹੋ ਰਿਹਾ ਤੇ ਅਸੀਂ ਤੁਹਾਨੂੰ ਪੈਰਾਸੈਟਾਮੋਲ ਦੇ ਰਹੇ ਹਾਂ ਤੇ ਨਾਲ ਤੁਸੀਂ ਠੰਡੇ ਪਾਣੀ ਦੇ ਨਾਲ ਵੀ ਨਹਾ ਰਹੇ ਹੋ ਤਾਂ ਤੁਹਾਡਾ ਬੁਖਾਰ ਨਹੀਂ ਠੀਕ ਹੋਣਾ ਲਾ ਪਹਿਲਾਂ ਤੁਹਾਨੂੰ ਕਾਰਨ ਦੇਖਣਾ ਪਊਗਾ ਕਿ ਬੁਖਾਰ ਹੋ ਕਿਉਂ ਰਿਹਾ ਹਨਾ ਇਸ ਲਈ ਤੁਹਾਨੂੰ ਠੰਡਾ ਪਾਣੀ ਬੰਦ ਕਰਨਾ ਪਊਗਾ ਠੰਡੇ ਪਾਣੀ ਦਾ ਜਿਹੜਾ ਤੁਸੀਂ ਨਹਾ ਰਹੇ ਹੋ ਉਹ ਬੰਦ ਕਰਨਾ ਪਊਗਾ ਸਾਨੂੰ ਇਹਨਾਂ ਚੀਜ਼ਾਂ ਲਈ ਆਪਣੇ ਬੱਚਿਆਂ ਨੂੰ ਪ੍ਰਿਪੇਅਰ ਕਰਨਾ ਪਊਗਾ ਸਾਨੂੰ ਉਹਨਾਂ ਦੇ ਵਿੱਚ ਅੰਬੇਦਕਰਵਾਦ ਲੈ ਕੇ ਆਉਣਾ ਪਊਗਾ ਜੇਕਰ ਆਪਾਂ ਉਹਨਾਂ ਬੱਚਿਆਂ ਨੂੰ ਪ੍ਰਿਪੇਅਰ ਕਰਾਂਗੇ ਕਿ ਤੁਹਾਡੇ ਨਾਲ ਅੱਗੇ ਜਾ ਕੇ ਕਾਸਟ ਜੰਮ ਹੋ ਸਕਦਾ ਤੁਹਾਨੂੰ ਜਾਤੀ ਵਿਤਕਰੇ ਦਾ ਤੁਹਾਡੇ ਰੰਗ ਨੂੰ ਲੈ ਕੇ ਤੁਹਾਡੀ ਜਾਤ ਨੂੰ ਲੈ ਕੇ ਤੁਹਾਨੂੰ ਮਿਹਨੇ ਸੋਣੇ ਪੈ ਸਕਦੇ ਆ ਪਰ ਤੁਸੀਂ ਮਜ਼ਬੂਤ ਰਹਿਣਾ ਤੁਸੀਂ ਉਸ ਸਥਿਤੀ ਦੇ ਵਿੱਚ ਹਾਰ ਨਹੀਂ ਆਣਾਗਾ ਹੋ ਸਕਦਾ ਕੋਈ ਹੋਰ ਕਾਰਨ ਵੀ ਰਿਹਾ ਹੋਵੇ ਇਸ ਕੁੜੀ ਨੇ ਜਿਹੜੀ ਸੁਸਾਇਸਾਈਡ ਕੀਤੀ ਆ ਕਿਉਂਕਿ ਆਪਾਂ ਐਵੇਂ ਕਿਸੇ ਤੇ ਇਲਜ਼ਾਮ ਵੀ ਨਹੀਂ ਲਾ ਸਕਦੇ ਕਿਉਂਕਿ ਕਈ ਉਹ ਥੇੜੇ ਲੋਕ ਨੇ ਉਹਨਾਂ ਦੇ ਨਾਮ ਸਾਹਮਣੇ ਆਏ ਆ ਤੇ ਕੁਝ ਕੁ ਲੋਕ ਹੁੰਦੇ ਆ ਸਾਰੇ ਨਹੀਂ ਹੁੰਦੇ ਕਿ ਆਪਾਂ ਜੇ ਕਹਿ ਦਈਏ ਵੀ ਜਿਵੇਂ ਕਿਸੇ ਅ ਆਧਾਰੇ ਦੇ ਵਿੱਚ ਕੋਈ 10 ਲੋਕ ਕੰਮ ਕਰਦੇ ਹੋ 10 ਲੋਕ ਜਰਨਲ ਆ ਤੇ ਕਿਸੇ ਇੱਕ ਐਸਸੀ ਦੇ ਨਾਲ ਕੁਝ ਗਲਤ ਹੋ ਗਿਆ ਤਾਂ ਜ਼ਰੂਰੀ ਨਹੀਂ ਉਹਨਾਂ ਦਸਾਂ ਦਾ ਹੀ ਯੋਗਦਾਨ ਹੁੰਦਾ ਚੀਜ਼ ਨੂੰ ਦੋਵੇਂ ਪੱਖਾਂ ਤੋਂ ਦੇਖਣਾ ਚਾਹੀਦਾ ਪਰ ਵੱਡੀ ਗੱਲ ਤਾਂ ਇਹ ਆ ਕਿ ਆਪਾਂ ਬੱਚਿਆਂ ਨੂੰ ਮਜ਼ਬੂਤ ਕਰ ਗਏ ਅਨਾ ਉਹਨਾਂ ਨੂੰ ਇੰਨਾ ਕੁ ਮਜ਼ਬੂਤ ਕਰਦ ਗਏ ਕਿ ਅਗਰ ਉਹਨਾਂ ਦੇ ਨਾਲ ਅਜਿਹੀ ਕੋਈ ਘਟਨਾ ਹੁੰਦੀ ਵੀ ਆ ਤਾਂ ਮਜ਼ਬੂਤ ਰਹਿਣ ਮਤਲਬ ਕਿ ਉਹਨਾਂ ਨੂੰ ਅਜਿਹੇ ਕਦਮ ਨਾ ਚੱਕਣੇ ਪੈਣ ਹੁਣ ਆਪਣੇ ਘਰਾਂ ਦੇ ਵਿੱਚ ਫੋਟੋਆਂ ਤਾਂ ਚਲੋ ਮੈਂ ਦੇਖੋ ਮੈਂ ਕਿਸੇ ਦਾ ਕਿਸੇ ਧਰਮ ਧਾਰਮਿਕ ਦੇਵੀ ਦੇਵਤੇ ਦਾ ਵਿਰੋਧੀ ਨਹੀਂਗਾ ਠੀਕ ਆ ਉਹਨਾਂ ਦੀ ਵਿਆਸਥਾ ਜਿਨ੍ਹਾਂ ਦੇ ਉਹ ਦੇਵੀ ਦੇਵਤੇ ਉਹਨਾਂ ਦੀ ਆਸਥਾ ਅਸੀਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇਗੇ ਪਰ ਆਪਾਂ ਨੂੰ ਦੇਖਣਾ ਪੈਣਾ ਵੀ ਆਪਾਂ ਨੂੰ ਕਿਸ ਚੀਜ਼ ਦੀ ਲੋੜ ਆ ਹੁਣ ਆਪਣੇ ਘਰਾਂ ਦੇ ਵਿੱਚ ਫੋਟੋ ਹੀ ਨਾ ਲੱਗੀ ਹੋਊਗੀ ਇੱਕ ਤਾਂ ਜੰਮ ਦੇ ਬੱਚੇ ਨੂੰ ਜਦੋਂ ਬੱਚੇ ਨੂੰ ਸੂਹ ਆਉਣੀ ਆ ਬੱਚੇ ਨੂੰ ਸਮਝ ਆਉਣੀ ਆ ਉਦੋਂ ਹੀ ਬੱਚਾ ਬਾਬਾ ਸਾਹਿਬ ਨੂੰ ਦੇਖ ਰਿਹਾ ਉਹਨਾਂ ਦੇ ਜੀਵਨ ਬਾਰੇ ਪੜ੍ਹੂਗਾ ਵੀ ਉਹਨਾਂ ਨੇ ਤਾਂ ਬਹੁਤ ਸੰਘਰਸ਼ ਕੀਤੇ ਆ ਬਹੁਤ ਕੁਝ ਸਹਿ ਲਿਆ ਉਹਨਾਂ ਨੇ ਤਾਂ ਉਹ ਤਾਂ ਕਮਰੇ ਚੋਂ ਬਾਹਰ ਬਹਿ ਕੇ ਪੜ੍ਹਦੇ ਰਹੇ ਫੇਰ ਵੀ 32 ਡਿਗਰੀਆਂ ਲੈ ਕੇ ਤੇ ਦੁਨੀਆ ਦੇ ਸਭ ਤੋਂ ਵੱਡੇ ਪੜ੍ਹੇ ਲਿਖੇ ਇਨਸਾਨ ਬਣੇ ਹਨ ਸਿੰਬਲ ਆਫ ਨੋਲੇਜ ਕਿਹਾ ਜਾਂਦਾ ਉਹਨਾਂ ਨੂੰ ਪੂਰੇ ਸੰਸਾਰ ਦੇ ਵਿੱਚ ਫਿਰ ਜਦੋਂ ਇਹ ਚੀਜ਼ਾਂ ਪੜ੍ਹਨੀਆਂ ਹੀ ਨਹੀਂ ਬੱਚਾ ਨੇ ਜਦੋਂ ਆਪਾਂ ਉਹਨਾਂ ਨੂੰ ਰੱਖਣਾ ਹੀ ਦੂਰ ਆ ਆਪਾਂ ਸਿਰਫ ਇੱਥੋਂ ਤੱਕ ਰੱਖਣਾ ਵੀ ਉਹਨਾਂ ਨੇ ਨੌਕਰੀ ਲੈਣੀ ਆ ਨਾ ਤੇ ਜਿੰਨਾ ਕਰਕੇ ਨੌਕਰੀ ਮਿਲ ਰਹੀ ਆਪਾਂ ਉਹਨਾਂ ਬਾਰੇ ਦੱਸਣਾ ਇੰਦਾ ਫਿਰ ਇਹ ਜਿਹੜੀਆਂ ਕਟਨਾਵਾ ਇਹ ਹੋ ਸਕਦੀਆਂ ਅੱਗੇ ਫਿਊਚਰ 'ਚ ਵੀ ਹੋ ਸਕਦੀਆਂ ਹਨ ਸੋ ਮੇਰੇ ਤਾਂ ਇਹ ਵੀਡੀਓ ਪਾਉਣ ਦਾ ਹੀ ਮਕਸਦ ਸੀਗਾ ਵੀ ਬੱਚਿਆਂ ਨੂੰ ਥੋੜਾ ਜਿਹਾ ਕੌਨਫੀਡੈਂਸ ਰੱਖੋ ਉਹਨਾਂ ਦੇ ਵਿੱਚ ਜਿਵੇਂ ਹੁਣ ਮੰਨ ਲਓ ਅਸੀਂ ਆ ਅਸੀਂ ਸਮਾਜ ਦੀ ਆਵਾਜ਼ ਚੱਕਦੇ ਮੈਂ ਇੱਕ ਕਮੈਂਟ ਆ ਨਾਲ ਐਡ ਕਰੂੰਗਾ ਮੈਂ ਇੱਥੇ ਤੁਸੀਂ ਪੜ੍ਹ ਲਓ ਜੇ ਉਹ ਕਹਿੰਦਾ ਵੀ ਇਹ ਬੰਦਾ ਨਫਰਤ ਫਲਾ ਰਿਹਾ ਮਤਲਬ ਮੈਂ ਨਫਰਤ ਫਲਾ ਰਿਹਾ ਬਈ ਜੇ ਆਪਾਂ ਕਿਸੇ ਵਰਗ ਦੀ ਗੱਲ ਕਰਦੇ ਆ ਤਾਂ ਇਹਦਾ ਮਤਲਬ ਨਹੀਂ ਕਿ ਨਫਰਤ ਨਫਰਤ ਫਲਾ ਰਹੇ ਆ ਹਣਾ ਜਾਂ ਇਹਨਾਂ ਲੋਕਾਂ ਦਾ ਮਕਸਦ ਇਹ ਆ ਵੀ ਅਸੀਂ ਕਿਸੇ ਵੀ ਵਰਗ ਦੀ ਕਿਰਤੀ ਵਰਗ ਦੀ ਮਜ਼ਦੂਰ ਵਰਗ ਦੀ ਆਵਾਜ਼ ਚਾਹਦੇ ਆਂ ਅਸੀਂ ਵੀ ਉਹਨਾਂ ਦੀ ਆਵਾਜ਼ ਨਾ ਚੱਕੀ ਜਾਵੇ ਜਿਵੇਂ ਹੁੰਦਾ ਜੇ ਕਿਸੇ ਦੇ ਛਿੱਤਰ ਵੱਜ ਗਏ ਤਾਂ ਉਹ ਜਿਹੜੇ ਬੰਦੇ ਨੇ ਛਿੱਤਰ ਮਾਰੇ ਉਹਨੂੰ ਮਾਫ਼ ਕਰ ਦੇਣਾ ਚਾਹੀਦਾ ਤੇ ਸੋ ਇਹ ਹੀ ਗੱਲਾਂ ਵੀ ਸਾਡੇ ਤੇ ਇਲਜ਼ਾਮ ਲੱਗਦੇ ਆ ਵੀ ਅਸੀਂ ਮਤਲਬ ਕਿ ਉਹ ਕਰਦੇ ਆ ਨਫ਼ਰਤ ਫਲਾਉਂਦੇ ਆ ਇਹ ਹੁੰਦਾ ਹੀ ਆ ਅਕਸਰ ਹੀ ਹੁੰਦਾ ਇਹ ਤੇ ਸਾਨੂੰ ਫਿਰ ਇਹਨਾਂ ਚੀਜ਼ਾਂ ਨਾਲ ਲੜਨ ਲਈ ਤਿਆਰ ਰਹਿਣਾ ਚਾਹੀਦਾ ਕਿ ਸਾਡੇ ਨਾਲ ਫਿਊਚਰ 'ਚ ਜੋ ਵੀ ਹੋਊਗਾ ਫਿਰ ਅਸੀਂ ਸਹਿ ਲਾਂਗੇ ਹਨਾ ਅਸੀਂ ਕਈ ਵਾਰ ਟੈਨਸ਼ਨ 'ਚ ਵੀ ਚਲੇ ਆਉਂਨੇ ਸਾਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਆਉਂਦੀਆਂ ਇਸ ਤਰ੍ਹਾਂ ਦੇ ਲੋਕ ਫੋਨ ਕਰਦੇ ਆ ਪਰ ਉਹ ਸਹਿਣਾ ਪੈਂਦਾ ਕਿਉਂਕਿ ਸਾਡੇ ਘਰ ਕੋਈ ਘਰੇ ਆਇਆ ਸੀ ਵੀ ਤੁਸੀਂ ਸਮਾਜ ਲਈ ਕੰਮ ਕਰੋ ਅਸੀਂ ਤਾਂ ਬਾਬਾ ਸਾਹਿਬ ਦੇ ਮਿਸ਼ਨ ਤੇ ਮਿਸ਼ਨ ਦੇ ਵਿੱਚ ਹਿੱਸਾ ਪਾ ਰਹੇ ਆ ਸੋ ਬਹੁਤ ਬਹੁਤ ਧੰਨਵਾਦ ਸਾਥੀਓ ਮੈਨੂੰ ਲੱਗਦਾ ਕਿ ਤੁਹਾਨੂੰ ਮੇਰੀ ਗੱਲ ਇਹ ਦਿਮਾਗ ਦੇ ਵਿੱਚ ਤੁਹਾਡੇ ਪੈ ਗਈ ਹੋਗੀ ਕਿ ਅਸੀਂ ਬੱਚਿਆਂ ਨੂੰ ਕੀ ਸਿਖਾਉਣਾ ਤਾਂ ਕਿ ਉਹ ਅਜਿਹੇ ਕਦਮ ਨਾ ਚੱਕਣ ਸੋ ਜਿਹੜੇ ਵੀ ਦੋਸ਼ੀ ਹਨ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੇਕਰ ਉਹ ਦੋਸ਼ੀ ਹੈਗੇ ਆ ਤਾਂ ਪਰ ਹੋ ਸਕਦਾ ਵੀ ਕੋਈ ਹੋਰ ਵੀ ਕਾਰਨ ਰਿਹਾ ਹੋਵੇ ਤੇ ਜੇਕਰ ਉਹ ਕੁੜੀ ਦੇ ਮਾਪਿਓ ਹਨਾ ਜੋ ਉਹਦੇ ਪੇਰੈਂਟਸ ਆ ਉਹਨਾਂ ਨੇ ਉਹਨੂੰ ਵਿਚਾਰਧਾਰ ਨਾਲ ਜੋੜਿਆ ਹੁੰਦਾ ਹਨਾ ਤੇ ਸ਼ਾਇਦ ਮੈਨੂੰ ਲੱਗਦਾ ਕਿ ਉਹ ਇੰਡੈਕਟਰ ਪੰਪੋਸ਼ ਬਹੁਤ ਜ਼ਿਆਦਾ ਮਜ਼ਬੂਤ ਹੁਣੇ ਸੀ ਤੇ ਸ਼ਾਇਦ ਉਹ ਇਹ ਕਦਮ ਨਾ ਚੱਕਦੇ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਦੇਖਿਆ ਜੈ ਭੀਮ ਜੈ ਭਾਰਤ ਸੋ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ